ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ న్యూਸ ਟੂਡੇ ਦੇਖ ਰਹੇ ਸਾਰੇ ਸੋਤਿਆਂ ਦਾ ਸਵਾਗਤ ਹੈ ਜੀ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਇੱਥੇ ਕਲ ਜੁਗੀ ਮਾਂ ਨੂੰ ਛੋਟੇ ਛੋਟੇ ਬੱਚਿਆਂ ਤੇ ਨਹੀਂ ਆਇਆ ਤਰਸ ਘਟਾ ਇਹ ਕਾਂਡ ਮੱਚੀ ਹਾਹਾਕਾਰ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿੰਨਾ ਸੋਤਿਆਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਜੀ ਤਾਂ ਜੋ ਹਰ ਵੱਡੀ ਖਬਰ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀ ਰਹੇ ਮਾਵਾ ਠੰਡੀਆਂ ਛਾਵਾਂ ਕਹਿੰਦੇ ਹਨ ਮਾਂ ਉਸ ਮੁੰਦਰ ਦੇ ਵਰਗੀ ਹੁੰਦੀ ਹੈ ਜਿਸ ਦੀ ਮਮਤਾ ਦਾ ਦਾਇਰਾ ਅਸੀਂ ਕਦੇ ਮਾਪ ਨਾਪ ਨਹੀਂ ਸਕਦੇ ਮਾਂ ਖੋਦਾ ਆਪਣੇ ਬੱਚਿਆਂ ਖਾਤਰ ਦੁੱਖ ਸਹਿ ਲੈਂਦੀ ਹੈ ਪਰ ਬੱਚਿਆਂ ਤੇ ਕਦੇ ਕੋਈ ਮੁਸੀਬਤ ਨਹੀਂ ਆਉਂਦੀ ਆਉਣ ਦਿੰਦੀ ਮਾਂ ਤੋਂ ਵੱਧ ਪਿਆਰ ਦੁਨੀਆ ਦਾ ਕੋਈ ਇਨਸਾਨ ਸਾਨੂੰ ਨਹੀਂ ਕਰ ਸਕਦਾ ਜੇਕਰ ਅਸੀਂ ਮਾਂ ਦੇ ਪਿਆਰ ਦੇ ਉੱਪਰ ਕੁਝ ਲਿਖਣ ਬੈਠ ਜਾਈਏ ਤਾਂ ਪੂਰੀ ਕਿਤਾਬ ਵੀ ਲਿਖ ਦੇਾਂਗੇ ਪਰ ਫਿਰ ਵੀ ਮਾਂ ਦੇ ਪਿਆਰ ਨੂੰ ਅਤੇ ਮਮਤਾ ਬਾਰੇ ਨਹੀਂ ਲਿਖ ਪਾਵਾਂਗੇ ਕਿਉਂਕਿ ਮਾਂ ਦਾ ਪਿਆਰ ਹਰ ਮਨੁੱਖ ਨੂੰ ਚਾਹੀਦਾ ਹੁੰਦਾ ਹੈ ਇਨਸਾਨ ਚਾਹੇ ਕਿੰਨਾ ਵੀ ਵੱਡਾ ਹੋ ਜਾਏ ਪਰ ਮਾਂ ਦੀ ਜ਼ਰੂਰਤ ਹਮੇਸ਼ਾ ਹੀ ਰਹਿੰਦੀ ਹੈ ਜਦੋਂ ਵੀ ਇਨਸਾਨ ਨੂੰ ਕੋਈ ਦੁੱਖ ਹੋਵੇ ਤਾਂ ਸਭ ਤੋਂ ਪਹਿਲਾਂ ਉਸਦੇ ਮੂੰਹ ਦੇ ਵਿੱਚੋਂ ਨਿਕਲਦਾ ਹੈ ਮਾਂ ਪਰ ਜਿਸ ਮਾਂ ਦੀ ਮਮਤਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ ਬਾਲਿਆਂ ਵਾਲੀ ਦੇ needle ਪਿੰਡ ਮੰਡੀ ਕਲਾ ਦੀ ਰਹਿਣ ਵਾਲੀ ਇੱਕ ਔਰਤ ਨੇ ਜਿਸਨੇ ਕਿ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਹੈ। ਇਸ ਪੱਥਰਦਿਲ ਮਾਂ ਨੇ ਗੁੱਸੇ ਵਿੱਚ ਆ ਕੇ ਆਪਣੇ ਦੋ ਨਿੱਕੇ-ਨਿੱਕੇ ਬੱਚਿਆਂ ਨੂੰ ਜ਼ਹਿਰ ਤੇ ਦਿੱਤਾ। ਫਿਰ ਬਾਅਦ ਵਿੱਚ ਖੁਦ ਵੀ ਇਸ ਔਰਤ ਨੇ ਜ਼ਹਿਰ ਨਿਗਲ ਲਿਆ। ਜਿਸ ਦੇ ਚਲਦੇ ਇੱਕ ਬੱਚੇ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦਾ ਕਿ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਦੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉੱਥੇ ਹੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਜਗਤਾਰ ਸਿੰਘ ਜਾਨੀ ਇਸ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। 4 ਸਾਲ ਪਹਿਲਾਂ ਮਨਪ੍ਰੀਤ कौर ਨਾਲ ਉਸ ਦਾ ਵਿਆਹ ਹੋਇਆ ਸੀ। ਉਸਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਇੱਕ ਬੇਟੀ। ਉਹਨਾਂ ਕਿਹਾ ਬੀਤੀ ਰਾਤ ਜਦੋਂ ਉਹ ਕੰਮ ਤੋਂ ਘਰ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਦੀ ਪਤਨੀ ਬੱਚਾ ਨੂੰ ਕੁੱਟ ਰਹੀ ਸੀ ਲੜਾਈ ਝਗੜੇ ਤੋਂ ਬਾਅਦ ਉਹ ਸੌਂ ਗਈ ਸਵੇਰੇ ਉਹ ਕੰਮ ਤੇ ਚਲਾ ਗਿਆ ਫਿਰ ਉਸ ਨੂੰ ਦੁਪਹਿਰ ਸਮੇਂ ਉਸਦੇ ਭਰਾ ਨੇ ਫੋਨ ਕਰਕੇ ਦੱਸਿਆ ਕਿ ਮਨਪ੍ਰੀਤ कौर ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਅਤੇ ਬੱਚਾ ਨੂੰ ਵੀ ਖਵਾ ਦਿੱਤੀ ਹੈ ਜਿਸ ਦੇ ਚੱਲਦੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਲਿਜਾਂਦੇ ਹੋਏ ਬੇਟੇ ਦੀ ਮੌਤ ਹੋ ਗਈ ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਹੀ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ